ਕਮੇਟੀ ਵਾਲੇ ਆਖਦੇ ਆ ਜਿਹੜਾ ਬੈਲਵਾਨ ਮਰਜ਼ੀ ਜਿੱਤ ਦੇ 500 ਦਾ ਇਨਾਮ ਉਹਨਾਂ ਤਰਫੋਂ ਹੈ। ਭਾਈ ਦਰਸ਼ਕੋ ਤਾੜੀਆਂ ਲਓ ਸਾਰੇ ਜਿਹੜੇ ਜ਼ੋਰਦਾਰ। ਅੱਜ ਦੇ 1 ਨੰਬਰ ਝੱਡੀ ਦੀ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਨੌਜਵਾਨਾਂ ਦਰਮਿਆਨ। ਆਦਰ 500 ਰੁਪਇਆ ਰਵੀ ਸ਼ਰਮਾ ਜੀ ਪੰਗਿਆੜੀ ਵਾਲੇ ਉਹਨਾਂ ਤਰਫੋਂ ਹੈ। ਰੁਪਈਆ 1000 ਲੱਗ ਗਿਆ, ਦੇਖਦੇ ਹਾਂ ਕਿਹੜਾ ਬੈਲਵਾਨ ਜਿੱਤਦਾ ਕਿਹੜਾ ਹਾਰਦਾ। ਭਾਈ ਅਸ਼ੋਕ ਸਾਹਿਬ ਇਹ ਚਾਲੋ ਬਰਾਬਰ ਬਾਹਰ ਕਰੋ, ਇਹਨਾਂ ਨੂੰ ਵੱਡੀ ਵਾਲੇ ਚੱਲਦੀ ਹੁਣ ਲਓ ਟੋਲੀ। ਅਦਰ ਚੰਡੀ ਦੀ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਇਹਨਾਂ ਨੌਜਵਾਨਾਂ ਦਰਮਿਆਨ। ਲਾਲ ਰੰਗ ਦੇ ਲੰਗੋਟੇ ਦੇ ਵਿੱਚ ਲੱਲੂ ਹੈ ਜੰਮੂ ਵਾਲਾ, ਪਰ ਨੀਲੇ ਰੰਗ ਦੇ ਲੰਗੋਟੇ ਦੇ ਵਿੱਚ ਅੱਜ ਰਾਗ ਹੈ ਮੋਟਾ ਹਾਲਾ ਲਾਡਪੁਰ ਹਰਿਆਣੇ ਵਾਲਾ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ। ਕਹਿੰਦਾ ਦੰਦਰੀ ਪਵਾਈ ਨਾ ਜਾ ਤੋਰੇ ਸਮੇਂ ਤੇ, ਫਾਇਦਾ ਕੀ ਹੈ ਦੁਨੀਆ ਤੇ ਆਏਦਾ, ਆਏ ਲਿਟਣਾ ਨਾ ਲਾਈ ਜੇ ਮੈਂ ਮਾੜੀ ਤਕਦੀਰ, ਦਾਦਾ ਮਾਣ ਮੇਰੀ ਮਾਂ ਨੂੰ ਜੰਮੇ ਜਾਇਦਾ, ਆਈ ਜਾਣ ਡਾਰਲਿੰਗ ਲਵ ਯੂ ਟੂ ਬਚ ਕੇ ਮਣੀ, ਅਤੇ ਸਾਰੀ ਹੀ ਦੁਨੀਆ ਡਰਾਮਾ ਕਰਦੀ, ਆਈ ਲੱਗ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ, ਆਈ ਤਾਂ ਜਾ ਕੇ ਦੁਨੀਆ ਸਲਾਮਾ ਕਰਦੀ, ਕਿ ਲੱਗ ਤੋੜਨਾ ਪੈਂਦਾ ਏ ਮਾੜੇ ਸਮੇਂ ਦਾ, ਆਈ ਤਾਂ ਜਾ ਕੇ ਦੁਨੀਆ ਸਲਾਮਾ ਕਰਦੀ। ਵਾਕਿਆ ਐਵੇਂ ਨਹੀਂ ਸਲਾਮਾ ਹੁੰਦੀਆਂ, ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਜਿਹੜੀ ਸਲਾਮਾ ਹੁੰਦੀ ਹੈ। ਕਹਿੰਦਾ ਮੁੱਲ ਪੈਣ ਸ਼ਰੀਰਾਂ ਦੇ, ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ, ਧੰਨ ਜ਼ੋਰ ਜਵਾਨਾਂ ਦਾ, ਆਈ ਲੈਜਣ ਭਰਿਆ ਮੇਲਾ ਲੁੱਟ ਕੇ, ਇਹ ਆੜੀਏ ਲੰਗੋੜੇ ਨੇ ਯਾਰਾ ਕਰੀ ਜਾਂਦੇ ਨੇ ਮਨਮਾਨੀ, ਭੱਲੇ 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 ਨਹੀਂ ਉਹ ਰੀਸ, ਅੱਜ ਰਾਤ ਦੇ ਨਾਲ ਲੱਲੂ ਹੈ ਵਾਕਿਆ ਜੇ ਲੱਲੂ ਜੰਮੂ ਵਾਲਾ ਨਾੜ ਗਿਆਰਾਂ ਦਾ ਚਰਾਤ ਵੀ ਫੋੜ ਛੱਤੀ ਸੌ ਤੋਂ ਘੱਟ ਨਹੀਂ ਹੈਗਾ, ਵਾਹ ਵੀ ਵਾਹ ਨਹੀਂ ਉਹ ਰੀਸ ਲੱਲੂ ਤੇਰੀਆ ਵਾਕਿਆ। ਲੋ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ। ਟੋਲੀ ਵੀਰੇ ਭਾਈ ਦਰਸ਼ਕੋ ਜੇ ਤੁਹਾਨੂੰ ਕੁਸ਼ਤੀ ਦਾ ਸਵਾਦ ਆਇਆ ਇੱਕ ਵਾਰ ਦੰਗਲ ਕਮੇਟੀ ਕਾਲੀ ਬੜੀ ਦੇ ਨਾਂ ਤੇ ਤਾੜੀਆਂ ਲਾਓ ਸਾਰੇ ਜਣੇ ਜੋੜਦਾ ਰਹੇ। ਵਾਹ ਜੀ ਵਾਹ, ਅੱਜ ਹਿੰਦੁਸਤਾਨ ਦੇ ਵੱਡੇ ਮਲ ਪੁੱਜੇ ਇਸ ਧਰਤੀ ਦੇ ਕੋਲੇ ਹੈ, ਵਾਕਿਆ ਅੱਜ ਕਾਲੀ ਬੜੀ ਦੀ ਧਰਤੀ ਦੇ ਵੀ ਇਤਿਹਾਸ ਰਚੇ ਗਏ ਹੈ। ਕਹਿੰਦਾ ਸਾਡੇ ਨਾਲ ਕਰੇ ਕੋਈ ਚਲਾਕੀਆਂ, ਸਾਥੋਂ ਜਰਿਆ ਨਹੀਂ ਜਾਂਦਾ, ਆਏ ਮਗਰੋਂ ਪੈਰ ਕੱਢਣ ਦੇ ਲਈ ਬਾਈ ਬਾਈ ਕਰਿਆ ਨਹੀਂ ਜਾਂਦਾ। ਕਹਿੰਦਾ ਥਾਂ ਥਾਂ ਉੱਤੇ ਸੱਜਣਾ ਕਦੇ ਪੱਗ ਵਟਾਈਏ ਨਾ, ਜੇ ਕੱਢਣੇ ਹੋਵੇ ਮਤਲਬ ਫਿਰ ਚਾਰੀ ਲਾਈਏ ਨਾ, ਜੇ ਦਿਲ ਵਿੱਚ ਗੱਲ ਸਿੱਧੀ ਮੂੰਹ ਤੇ ਆਖੀ ਦਾ, ਕਿ ਯਾਰਾਂ ਦੇ ਘਰ ਜਾ ਕੇ ਰਸੋਈਆਂ ਬਲਣੀ ਚਾਕੀ ਦਾ, ਕਿ ਯਾਰਾਂ ਦੇ ਘਰ ਜਾ ਕੇ ਰਸੋਈਆਂ ਬਲਣੀ ਚਾਕੀ ਦਾ। ਲੈ ਚੱਲਦੇ ਹੋਏ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ। ਕਹਿੰਦਾ ਉਹੀ ਸੂਰਜਾਂ ਨੂੰ ਕਰਦੇ ਆ ਟਿੱਚਰ, ਭਾਈ ਜਿਹੜੇ ਰੱਖ ਦੇ ਜਿੱਤਣ ਦੀਆਂ ਫਿਕਰਾਂ, ਕਿ ਹੌਲੀ ਹੌਲੀ ਵੇਖੀ ਰੁਸ਼ਨਾਂ ਨੇ ਆਉਣੀਆਂ, ਭਾਈ ਤਾਲੀਆਂ ਜੋ ਰਾਤਾਂ ਬੱਲਿਆ, ਕਹਿੰਦਾ ਦੁਨੀਆ ਤੇ ਕਰ ਲੈਣਾ ਕਬਜ਼ਾ, ਭਾਈ ਹਾਲੇ ਤਾਂ ਸ਼ਰਮ ਬਾਤਾਂ ਬੱਲਿਆ, ਕਿ ਦੁਨੀਆ ਤੇ ਕਰ ਲੈਣਾ ਕਬਜ਼ਾ, ਭਾਈ ਹਾਲੇ ਤਾਂ ਸ਼ਰਮ ਬਾਤਾਂ ਬੱਲਿਆ। ਸ਼ਾਬਾਸ਼ ਸ਼ਾਬਾਸ਼ ਪਹਿਲਵਾਨੋ, ਲਾਓ ਦਾਵੇ ਜੇ ਕਰੋ ਕੁਸ਼ਤੀ ਦਾ ਫੈਸਲਾ। ਇੱਕ ਪਾਸੇ ਲੱਲੂ ਹੈ ਜੰਮੂ ਵਾਲਾ, ਪਰ ਦੂਜੇ ਪਾਸੇ ਚਰਾਗ ਹੈ ਦਿੱਲੀ ਵਾਲਾ। ਕਹਿੰਦਾ ਉੜਦੇ ਜੋ ਬੈਲੀ ਰੰਗ ਰੰਗ ਦਾ ਪਤਾ, ਕਿਹੜੇ ਕਿੰਨੇ ਜੋਗਾ ਸਾਨੂੰ ਸਭ ਦਾ ਪਤਾ, ਭਾਈ ਅੱਤ ਦੇ ਸ਼ਿਕਾਰੀ ਮਾਰਾ ਸਹਿੰਗੇ ਉੱਠੇ ਹੈ, ਅੱਜ ਜਿੰਨੇ ਉੱਠੇ ਸਾਡੇ ਨਾਲ ਰਹਿ ਕੇ ਉੱਠੇ ਹੈ, ਕਿ ਜਿਹੜਾ ਰੱਖੀ ਅਸੀਂ ਅੱਜ ਪੂਰੀ ਦਿਲੋਂ ਰੱਖੀ ਹੈ। ਕਹਿੰਦਾ ਮਾਰ ਮਾਰ ਪਾਲਚਾ ਸਹਾਰੇ ਨਹੀਂ ਲਏ, ਅਸੀਂ ਘਾਟੇ ਇੰਨੇ ਖਾਧੇ ਦਾ ਵੀ ਘਾਟ ਕੋਈ ਨਾ, ਅੱਜ ਠੱਗੀ ਸਾਡੇ ਨਾਲ ਲਾ ਗਏ ਜੋ ਚੱਪਾਰੇ ਨਹੀਂ ਪਏ, ਅਸੀਂ ਘਾਟੇ ਇੰਨੇ ਖਾਧੇ ਦਾ ਵੀ ਘਾਟ ਕੋਈ ਨਾ, ਸਾਡੇ ਨਾਲ ਲਾਗੇ ਜੋ ਚਾ ਬਾਹਰੇ ਨਹੀਂ ਪਏ। ਟੋਲੀ ਵੀਰੇ ਭਾਈ ਦਰਸ਼ਕੋ ਨੋਟ ਕਰੋ ਇੱਕ ਵਾਰ ਫਿਰ ਤੋਂ,
ਆਉਣ ਵਾਲੀ 30 ਜੂਨ ਭਗਵਾਨਾ ਚੱਕ ਦੀ ਧਰਤੀ ਦਾ ਕੁਸ਼ਤੀ ਨੰਗਲ ਹੈ, ਜਿੱਥੇ ਪਿਓਰ ਤੋਂ ਪਿਓਰ ਸੱਦਾ ਪੱਤਰ ਪਹਿਲਵਾਨ ਪੁੱਜਣਗੇ। ਬਾਕੀ ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨਾ ਨੌਜਵਾਨਾਂ ਦਰਮਿਆਨ ਹੈ। ਉਹ ਪੱਲੇ 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 ਨਹੀਂ ਉਹ ਰਿਸਾ ਦਾ ਯੁੱਧ ਜਿਹੜਾ ਮੈਦਾਨ ਦੇ ਵਿੱਚ ਚੱਲਦਾ ਹੈ ਨਾ ਨੌਜਵਾਨਾਂ ਦਰਮਿਆਨ ਹੈ। ਕਹਿੰਦਾ ਅੱਗ ਵਿੱਚ ਜ਼ੋਰ ਬੜਾ ਸਭ ਸਭ ਰੱਖਿਆ, ਇਹ ਪਹਾੜਿਆਂ ਤੋਂ ਮਾਦੇ ਵਾਲੇ ਕਦੇ ਨਹੀਂ ਉਹ ਤੱਕਿਆ ਕਿ ਮਿਹਨਤਾਂ ਦਾ ਯਾਰ ਸਾਨੂੰ ਨਸ਼ਾ ਚੜਿਆ, ਆਏ ਕਰ ਦਈਏ ਪਾਸੇ, ਆਏ ਜਿਹੜਾ ਵੀ ਅੜਿਆ ਕਿ ਕਰ ਦਈਏ ਪਾਸੇ, ਆਏ ਜਿਹੜਾ ਵੀ ਅੜਿਆ। ਸ਼ਾਬਾਸ਼ ਸ਼ਾਬਾਸ਼ ਪਹਿਲਵਾਨੋ, ਲਓ ਦਾ ਵਿੱਚ ਕਰੋ ਕੁਸ਼ਤੀ ਦਾ ਫੈਸਲਾ। ਕਹਿੰਦਾ ਅਮਰਾਂ ਦੀ ਕਰ ਤੱਕ ਕੁਝ ਦੀ ਤੱਕ ਤੱਕ ਸੀਟਾਂ ਦਰ ਕੇ, ਆਏ ਨਾਲ ਪਾਸ ਦੇ ਹਿੱਕਾਂ ਗੁੱਦੀਆਂ ਖੜਦੇ ਨੇ ਅੜੇ ਅੜਕੇ, ਸਾਰ ਰੋ ਕੇ ਲੋਕੀ ਵੇਖਦੇ ਸੁੱਖੀਆਂ ਦਿਲਾਂ ਨੂੰ ਫੜ ਕੇ। ਕਹਿੰਦਾ ਯੋਰਾਂ ਵਾਲੇ ਜ਼ੋਰ ਪਰਖ ਦੇ ਵਿੱਚ ਮੈਦਾਨੀ ਖੜਕੇ, ਕਿ ਯੋਰਾਂ ਵਾਲੇ ਜ਼ੋਰ ਪਰਖ ਦੇ ਵਿੱਚ ਮੈਦਾਨੀ ਖੜਕੇ। ਵਾਕਿਆ ਅੱਜ ਜ਼ੋਰ ਪਰਖੇ ਜਾ ਰਿਹਾ ਹੈ, ਗਿਆਨ ਪਰਖੀ ਜਾ ਰਹੀ ਹੈ ਸੰਤਾਲੀ ਬੜੀ ਦੀ ਧਰਤੀ ਦੇ। ਵੇਖਦੇ ਹਾਂ ਵੀ ਕਿਹੜਾ ਪਹਿਲਵਾਨ ਜਿੱਤਦਾ ਹੈ, ਕਿਹੜਾ ਹਰਦਾ ਹੈ। ਆਏ ਪਾਤਾ ਸਮਝਦੀਆਂ ਹੈ ਕਿ ਖੱਚਰਾਂ ਦੇ ਲੱਗ ਰਹੇ ਨੀ ਸੱਤੇ ਮਿੱਤਰੋ, ਆਏ ਘੋੜਿਆਂ ਦੇ ਦੌਲਤਾਂ ਲੁਟਾਈਆਂ ਜਾਂਦੀਆਂ, ਕਿ ਮਾਨ ਨੀ ਕਰੀਦਾ ਬੰਨੇ ਬੁੱਢੇ ਹੋਣ ਦਾ, ਆਏ ਪੀਕਾ ਨੀ ਖਜੂਰਾਂ ਉੱਤੇ ਪਾਈਆਂ ਜਾਂਦੀਆਂ, ਕਿ ਜ਼ਿੰਦਗੀ ਦੇ ਵਿੱਚ ਬੜੇ ਖਾਦੇ ਧੋਖੇ ਮਿੱਤਰੋ, ਆਏ ਸੱਕਿਆ ਪਰਾਵਾ ਬਾਂਧੂ ਇਤਬਾਰ ਕਰਕੇ, ਆਏ ਜਿੰਨੇ ਰਹਿ ਗਏ ਥੋੜੇ ਟੋਪੀ ਵਾਲੇ ਕਿਲੜੇ, ਹੁਣ ਦੱਲੇ ਬੰਦੇ ਜ਼ਿੰਦਗੀ ਚੋਂ ਬਾਹਰ ਕਰਤੇ, ਆਏ ਹੁਣ ਦੱਲੇ ਬੰਦੇ ਜ਼ਿੰਦਗੀ ਚੋਂ ਬਾਹਰ ਕਰਤੇ। ਸ਼ਾਬਾਸ਼ ਸ਼ਾਬਾਸ਼ ਟੋਲੀ ਵੀਰੇ। ਭਾਈ ਦਰਸ਼ਕੋ, ਜੇ ਤੁਹਾਨੂੰ ਕੁਸ਼ਤੀ ਦਾ ਸਵਾਦ ਆ ਰਿਹਾ, ਇੱਕ ਵਾਰ ਦੋਨੋਂ ਮੱਲਾਂ ਦੇ ਲਈ ਤਾੜੀਆਂ ਲਾਓ ਸਾਰੇ ਜਣੇ ਜ਼ੋਰਦਾਰ। ਕਹਿੰਦੇ ਜੇ ਇੱਕ ਪਾਸੇ ਲੱਲੂ ਯਮੂ ਵਾਲਾ ਨਾਨ ਗਿਆਰਾਂ ਦਾ ਟਿਕਰਾਤ ਵੀ ਹੋਰ 3600 ਤੋਂ ਘੱਟ ਨਹੀਂ ਹੈਗਾ, ਵਾਕਿਆ ਵਾਹ ਵੀ ਵਾਹ ਨਹੀਂ ਹੋ ਰਿਸਾ ਲਓ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਉਹਨਾਂ ਨੌਜਵਾਨਾਂ ਦੇ ਮਿਆਂ ਨੇ। ਕਹਿੰਦਾ ਅਮਰਾਂ ਦੇ ਨਾਲ ਅਸੀਂ ਕਹਿਣਾ ਜਾਣਦੇ, ਇਹ ਰੱਬ ਦੀ ਰਜਾ ਦੇ ਵਿੱਚ ਰਹਿਣਾ ਜਾਣਦੇ, ਕਿ ਮਿਹਨਤਾਂ ਦਾ ਯਾਰੋ ਸਾਨੂੰ ਚੜਿਆ ਸਰੂਰ ਹੈ, ਇਹ ਤਾਈਓ ਅੱਜ ਚਾਰੇ ਪਾਸੇ ਇਹ ਮਲ ਮਸ਼ਹੂਰ ਹੈ, ਕਿ ਤਾਈਓ ਅੱਜ ਚਾਰੇ ਪਾਸੇ ਮਲ ਮਸ਼ਹੂਰ ਹੈ। ਜਿੱਥੇ 2.5 ਲੱਖ ਦੀਆਂ 4 ਮਾਲੀਆਂ ਹੋਣੀਆਂ, ਤੇ 3 ਪਹਿਲਵਾਨ ਜਿਹੜੇ ਕਰਨਾਟਕਾ ਤੋਂ ਪੁੱਜ ਰਹੇ ਆ, 3 ਮਹਾਰਾਸ਼ਟਰ ਤੋਂ। ਚਿਰਾਗ ਪਿਆਰ ਨਾਲ ਕੁਸ਼ਤੀ ਫੁੱਲ ਹੱਥ ਨਹੀਂ ਮਾਰਨਾ ਪਹਿਲਵਾਨ ਜੀ, ਦਾ ਪੇਜ ਨਾਲ ਕੁਸ਼ਤੀ ਲੜੋ। ਸ਼ਾਬਾਸ਼ ਸ਼ਾਬਾਸ਼ ਲੋ ਜਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ। ਕਹਿੰਦਾ ਪੱਥਰਾਂ ਦੇ ਨਾਲ ਇੱਥੇ ਮੱਥਾ ਲਾਉਣਾ ਪੈਂਦਾ ਏ, ਓਏ ਮਾੜਾ ਸਮਾਂ ਆਪ ਨੂੰ ਹਰਾਉਣਾ ਇੱਥੇ ਪੈਂਦਾ ਏ, ਉਹ ਕਾਹਦੀ ਤਰੱਕੀ ਜਿਹੜੀ ਮਿਲੇ ਛਿੱਟੇ ਮਾਰ ਕੇ, ਕਿ ਮਿਹਨਤਾਂ ਦੇ ਮੁੱਲ ਪੈਂਦੇ ਪਰ ਪੈਂਦੇ ਹਾਰ ਹਾਰ ਕੇ, ਓਏ ਮਿਹਨਤਾਂ ਦੇ ਮੁੱਲ ਪੈਂਦੇ ਪਰ ਪੈਂਦੇ ਹਾਰ ਹਾਰ ਕੇ। ਆਦਰ ਲੋਕਰਾਜ ਸ਼ਰਮਾ ਬੱਲੇ ਬਾਗ ਵਾਲਾ, ਵਾਕਿਆ ਅੱਜ ਦੇ ਕੁਸ਼ਤੀ ਦੰਗਲ ਦਾ ਲਾਈਵ ਨਜ਼ਾਰਾ ਤੱਕਦਾ, ਬਹੁਤ ਬਹੁਤ ਧੰਨਵਾਦ ਬੱਲੇ।
ਦਾ ਕੁਸ਼ਤੀ ਵਿੱਚ ਹੋਏਗਾ। ਅਦਰ ਲੱਲੂ ਤੇ ਚਿਰਾਗ ਦਾ ਮੁਕਾਬਲਾ ਚੱਲਦਾ ਹੈ। ਕਹਿੰਦਾ ਜਿਹਦਾ ਪਾਣੀ ਨਹੀਂ ਉਹ ਅਸੀਂ ਨਾ ਲਾਇਓ ਕਿਸੇ ਨਾਲ ਯਾਰੀ, ਅੱਜ ਤੈਨੂੰ ਚੰਡੇ ਹੀ ਕਮ ਆਉਂਦੇ ਨੇ, ਅੱਜ ਚੇਲਾ ਖੁਰਪਾ ਅਤੇ ਖਡਾਰੀ, ਅੱਜ ਤੈਨੂੰ ਚੰਡੇ ਹੀ ਕਮ ਆਉਂਦੇ ਨੇ, ਅੱਜ ਚੇਲਾ ਖੁਰਪਾ ਅਤੇ ਖਡਾਰੀ। ਬੱਲੇ 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 ਵਿੱਚ 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 ਲੱਲੂ, ਹਾਂ ਏਦਾਂ ਹੀ ਲੱਲੂ ਅੰਦਰਲੀ ਸਾਈਡ ਫੜ ਲਈ।
ਪਾਸੇ ਚਿਰਾਗ ਪੈਲ ਬਣ ਦਿੱਲੀ ਕਹਿੰਦਾ ਸੁਣੀ ਲੋਕੋ ਦੁਨੀਆ ਦੇ ਅੱਜ ਵੀ ਤਮਾਸ਼ੇ ਹਾਏ ਫੁੱਲਾਂ ਤੇ ਬਨੋਟੀ ਹਾਸੇ ਆਪਣਾ ਹੋਣ ਦਾ ਦਾਵਾ ਕਰਕੇ ਪਿੱਠ ਤੇ ਬਾਹਰ ਸੱਪ ਬਾਂਦ ਲੜਿਆ ਆਏ ਮੇਰੀ ਹਾਰ ਲਈ ਅਰਦਾਸਾ ਕਰਦੇ ਅੱਖਣ ਬਾਈ ਤੇਰੇ ਨਾਲ ਖੜੇ ਐ ਕਿ ਮੇਰੀ ਹਾਰ ਲਈ ਅਰਦਾਸਾ ਕਰਦੇ ਅੱਖਣ ਬਾਈ ਤੇਰੇ ਨਾਲ ਖੜੇ ਐ ਬਾਜੀ ਬਾ ਬੱਲੇ 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 ਸਈਓ ਰਿਸਾ ਸ਼ਾਬਾਸ਼ ਸ਼ਾਬਾਸ਼ ਪਹਿਲਵਾਨੋ ਬੱਲੇ 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 ਪਾਕੇ ਲੱਲੂ ਚ ਝੋਟੇ ਜੀ ਨਹੀਂ ਜਾਣਾ ਪਰ ਚਰਾਗ ਵੀ ਘੱਟ ਨਹੀਂ ਹੈਗਾ ਬੱਲੇ ਬੱਲੇ ਨਈਓ ਰਿਸਾ ਚਾਹਦੀ ਹੋਈ ਗੁਸਤੀ ਮੈਦਾਨ ਦੇ ਵਿੱਚ ਅੜਨ ਨੌਜਵਾਨਾਂ ਦਰਮਿਆਨ ਹੈ ਕਹਿੰਦਾ ਹੱਕ ਬੇਟਾ ਦਾ ਖਾਣਾ ਕੋਈ ਚੰਗੀ ਗੱਲ ਨਹੀਂ ਬਾਜੀ ਬਾ ਬੱਲੇ ਬੱਲੇ ਹਲੇ ਕੁਛ ਨਹੀਂ ਹੋਇਆ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਹੱਕ ਬੇਗਾ ਨਾ ਖਾਣਾ ਕੋਈ ਚੰਗੀ ਗੱਲ ਨਹੀਂ ਐ ਬੇਮਾਨੀ ਨੂੰ ਕਰਦੇ ਰੋਕਣਾ ਕੋਈ ਮੰਦੀ ਗੱਲ ਨਹੀਂ ਕਿ ਫੋਕੀ ਚੌਧਰ ਕਰਨਾ ਕੰਮ ਫੁਕਰੇ ਬੰਦੇ ਦਾ ਜੰਮੂ ਦੀਆਂ ਦੰਗਲ ਕਮੇਟੀਆਂ ਹੁਣ ਸਾਰੀਆਂ ਆਖਦੀਆਂ ਹੁਣ ਜਿੰਨੇ ਵੀ ਬਾਹਰ ਤੋਂ ਮਲ ਆਣਗੇ ਸਾਰਿਆਂ ਦੀ ਕੁਸ਼ਤੀ ਹੁਣ ਲੱਲੂ ਨਾਲ ਕਰਾਈ ਜਾਣੀ ਹੈ ਇੱਕ ਨੰਬਰ ਦੀ ਕੁਸ਼ਤੀ ਹੁਣ ਲੱਲੂ ਨਾਲ ਹੋਣੀ ਹੈ ਇਹ ਧਿਆਨ ਦਿਓ ਸਾਰੇ ਟੋਲੀ ਟੋਲੀ ਨੋਟ ਕਰਦੇ ਜਾਈਏ ਜੇ ਚੱਕ ਭਗਵਾਨਾਂ ਦੀ ਧਰਤੀ ਤੇ ਹਿੰਦੁਸਤਾਨ ਦੇ ਵੱਡੇ ਮਲ ਪੁੱਜ ਰਿਹਾ ਤੇ ਕੁਸ਼ਤੀ ਵੀ ਇੱਕ ਵੱਡੀ ਹੋਣੀ ਹੈ ਲੱਲੂ ਪਹਿਲਵਾਨ ਜੰਮੂ ਦੇ ਨਾਲ ਗੁਲੇਗਾ ਬਈ ਦਨੇਸ਼ ਗੋਲੀਆ ਚੱਜਰ ਬਾਕੀ ਪਹਿਲੀ ਕੁਸ਼ਤੀ ਹੋਣੀ ਹੈ ਜੰਮੂ ਦੀ ਧਰਤੀ ਜੰਮੂ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪਹਿਲੀ ਕੁਸ਼ਤੀ ਹੋਣੀ ਹੈ ਐਨਾ ਨੌਜਵਾਨਾਂ ਦੀ ਵਾਜੀ ਨਿਕਲ ਕੇ ਸਾਹਮਣੇ ਆਇਆ ਚਿਰਾਗ ਦਿੱਲੀ ਸ਼ਾਬਾਸ਼ ਸ਼ਾਬਾਸ਼ ਕਮੇਟੀ ਵਾਲੇ ਆਖਦੇ ਆ ਜਿਹੜਾ ਪਹਿਲਵਾਨ ਮਰਜ਼ੀ ਜਿੱਤਦੇ 500 ਦਾ ਇਨਾਮ ਉਹਨਾਂ ਤਰਫੋਂ ਹੈ ਭਾਈ ਦਰਸ਼ਕੋ ਤਾੜੀਆਂ ਲਓ ਸਾਰੇ ਜਿਹੜੇ ਜ਼ੋਰਦਾਰ ਅੱਜ ਦੇ ਇੱਕ ਨੰਬਰ ਚੱਡੀ ਦੀ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਨੌਜਵਾਨਾਂ ਦਰਮਿਆਨ ਆਦਰ 5 ਰੁਪਇਆ ਰਵੀ ਸ਼ਰਮਾ ਜੀ ਪੰਜਾੜੀ ਵਾਲੇ ਉਹਨਾਂ ਤਰਫੋਂ ਹੈ ਰੁਪਈਆ 1000 ਲੱਗ ਗਿਆ ਦੇਖਦੇ ਹਾਂ ਕਿਹੜਾ ਪਹਿਲਵਾਨ ਜਿੱਤਦਾ ਕਿਹੜਾ ਹਾਰਦਾ ਭਾਈ ਅਸ਼ੋਕ ਸਾਹਿਬ ਇਹ ਤਾਲੋ ਬਰਾਬਰ ਬਾਹਰ ਕਰੋ ਲੈਣ ਨੂੰ ਵੱਡੀ ਵਾਲੇ ਜਲਦੀ ਹੁਣ ਲਓ ਟੋਲੀ ਅਦਰ ਚੰਡੀ ਦੀ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਨੌਜਵਾਨਾਂ ਦਰਮਿਆਨ ਲਾਲ ਰੰਗ ਦੇ ਲੰਗੋਟੇ ਦੇ ਵਿੱਚ ਲੱਲੂ ਹੈ ਜੰਮੂ ਵਾਲਾ ਪਰ ਨੀਲੇ ਰੰਗ ਦੇ ਲੰਗੋਟੇ ਦੇ ਵਿੱਚ ਅੱਜ ਰਾਗ ਹੈ ਮੋਟਾ ਹਾਲਾ ਲਾਡਪੁਰ ਹਰਿਆਣੇ ਵਾਲਾ ਚਾਹੁੰਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਹੈ ਕਹਿੰਦਾ ਦੰਦਰੀ ਪਵਾਈ ਨਾ ਜਾ ਪੂਰੇ ਸਮੇਂ ਤੇ ਫਾਇਦਾ ਕੀ ਹੈ ਦੁਨੀਆ ਤੇ ਆਏ ਦਾ ਆਏ ਲਿਟਣਾ ਨਾ ਲਾਈ ਜੇ ਮੈਂ ਮਾਰੀ ਤਕਦੀਰ ਦਾਦਾ ਮਾਣ ਮੇਰੀ ਮਾਂ ਨੂੰ ਜੰਮੇ ਜਾਇਦਾ ਆਈ ਜਾਣੇ ਡਾਰਲਿੰਗ ਲਵ ਯੂ ਟੂ ਬਚ ਕੇ ਮਣੀ ਅਤੇ ਸਾਰੀ ਹੀ ਦੁਨੀਆ ਡਰਾਮਾ ਕਰਦੀ ਆਈ ਲੱਗ ਤੋੜਨਾ ਪੈਂਦਾ ਹੈ ਮਾੜੇ ਸਮੇਂ ਦਾ ਆਈ ਤਾਂ ਜਾ ਕੇ ਦੁਨੀਆ ਸਲਾਮਾ ਕਰਦੀ ਕਿ ਲੱਗ ਤੋੜਨਾ ਪੈਂਦਾ ਹੈ ਮਾੜੇ ਸਮੇਂ ਦਾ ਆਈ ਤਾਂ ਜਾ ਕੇ ਦੁਨੀਆ ਸਲਾਮਾ ਕਰਦੀ ਵਾਕਿਆ ਐਵੇਂ ਨਹੀਂ ਸਲਾਮਾ ਹੁੰਦੀਆਂ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਜਿਹੜੀ ਸਲਾਮਾ ਹੁੰਦੀ ਹੈ ਕਹਿੰਦਾ ਮੁੱਲ ਪੈਣ ਸਰੀਰਾਂ ਦੇ ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ
ਕੰਨ ਜ਼ੋਰ ਜਵਾਨਾਂ ਦਾ ਲੈਜਣ ਭਰਿਆ ਮੇਲਾ ਲੁੱਟ ਕੇ ਇਹ ਅੜੀਏ ਲੰਗੋੜੇ ਨੇ ਯਾਰਾ ਕਰੀ ਜਾਂਦੇ ਨੇ ਬਣਬਾਨੀ ਭੱਲੇ 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 ਨਹੀਂ ਓ ਰਿਸ ਅੱਜ ਰਾਤ ਦੇ ਨਾਲ ਲੱਲੂ ਹੈ ਲਾਗੇ ਜੇ ਲੱਲੂ ਯਮੋਨਾ ਨਾਲ ਯਾਰਾ ਦਾ ਚਰਾਤ ਵੀ ਫੋੜ ਛੱਡੀ ਸੋਨੂੰ ਕੱਟਦੀ ਹਵਾ ਵਾਹ ਵੀ ਵਾਹ ਨਹੀਂ ਓ ਰਿਸ ਲੱਲੂ ਤੇਰੀਆਂ ਵਾਗਿਆ ਲੋ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨਾ ਨੌਜਵਾਨਾਂ ਦਰਮਿਆਨ ਬੋਲੀ ਵੀਰੇ ਭਾਈ ਦਰਸ਼ਕੋ ਜੇ ਤੁਹਾਨੂੰ ਕੁਸ਼ਤੀਆਂ ਦਾ ਸਵਾਦ ਆਇਆ ਇੱਕ ਵਾਰ ਦੰਗਲ ਕਮੇਟੀ ਕਾਲੀ ਬੜੀ ਦੇ ਨਾਤੇ ਤਾੜੀਆਂ ਲਾਓ ਸਾਰੇ ਜਣੇ ਜੋੜਦਾ ਰਹੇ ਵਾਹ ਜੀ ਵਾਹ ਕੇ ਅੱਜ ਹਿੰਦੁਸਤਾਨ ਦੇ ਵੱਡੇ ਮਾਲ ਪੁੱਜੇ ਇਸ ਧਰਤੀ ਦੇ ਕੋਲੇ ਹੈ ਵਾਹ ਕੇ ਅੱਜ ਕਾਲੀ ਬੜੀ ਦੀ ਧਰਤੀ ਦੇ ਵੀ ਇਤਿਹਾਸ ਰਚੇ ਗਏ ਹੈ ਕਹਿੰਦਾ ਸਾਡੇ ਨਾਲ ਕਰੇ ਕੋਈ ਚਲਾਕੀਆਂ ਸਾਥੋਂ ਜਰਿਆ ਨਹੀਂ ਜਾਂਦਾ ਆਏ ਮਗਰੋਂ ਪੈਰ ਕੱਢਣ ਦੇ ਲਈ ਬਾਈ ਬਾਈ ਕਰਿਆ ਨਹੀਂ ਜਾਂਦਾ ਕਹਿੰਦਾ ਥਾਂ ਥਾਂ ਉੱਤੇ ਸੱਜਣਾ ਕਦੇ ਪੱਗ ਵਟਾਈਏ ਨਾ ਜੇ ਕੱਢਣੇ ਹੋਵੇ ਮਤਲਬ ਫਿਰ ਚਾਰੀ ਲਾਈਏ ਨਾ ਜੇ ਦਿਲ ਵਿੱਚ ਗੱਲ ਸਿੱਧੀ ਮੂੰਹ ਤੇ ਆਖੀਦਾ ਕਿ ਯਾਰਾਂ ਦੇ ਘਰ ਜਾ ਕੇ ਰਸੋਈਆਂ ਬਲ ਨਹੀਂ ਚਾਕੀਦਾ ਕਿ ਯਾਰਾਂ ਦੇ ਘਰ ਜਾ ਕੇ ਰਸੋਈਆਂ ਬਲ ਨਹੀਂ ਚਾਕੀਦਾ ਲੈ ਚਾਹਦੇ ਹੋਏ ਕੁਸ਼ਤੀ ਮੈਦਾਨ ਦੇ ਵਿੱਚ ਰਹਿਣ ਨੌਜਵਾਨਾਂ ਦਰਮਿਆਨ ਕਹਿੰਦਾ ਉਹੀ ਸੂਰਜਾਂ ਨੂੰ ਕਰਦੇ ਆ ਟਿੱਚਣਾ ਜਿਹੜਾ ਰੱਖ ਦੇ ਜਿੱਤਣ ਦੀਆਂ ਫਿਕਰਾਂ ਕਿ ਹੌਲੀ ਹੌਲੀ ਵੇਖੀ ਰੁਸ਼ਨਾ ਨੇ ਆਉਣੀਆਂ ਦੁਨੀਆ ਤੇ ਕਰ ਲੈਣਾ ਕਬਜ਼ਾ ਹਏ ਹਾਲੇ ਤਾਂ ਸ਼ਰਬਾਤਾ ਮਲਿਆ ਕਿ ਦੁਨੀਆ ਤੇ ਕਰ ਲੈਣਾ ਕਬਜ਼ਾ ਹਏ ਹਾਲੇ ਤਾਂ ਸ਼ਰਬਾਤਾ ਮਲਿਆ ਸ਼ਾਬਾਸ਼ ਸ਼ਾਬਾਸ਼ ਪਹਿਲਵਾਨੋ ਲਾਓ ਦਾਵੇ ਨੇ ਕਰੋ ਕੁਸ਼ਤੀ ਦਾ ਫੈਸਲਾ ਇੱਕ ਪਾਸੇ ਲੱਲੂ ਹੈ ਜੰਮੂ ਵਾਲਾ ਪਰ ਦੂਜੇ ਪਾਸੇ ਚਰਾਗ ਹੈ ਦਿੱਲੀ ਵਾਲਾ ਕਹਿੰਦਾ ਉੜਦੇ ਜੋ ਬੇਲੀ ਰੰਗ ਰੰਗ ਦਾ ਪਤਾ ਕਿਹੜੇ ਕਿੰਨੇ ਜੋਗਾ ਸਾਨੂੰ ਸਭ ਦਾ ਪਤਾ ਹਏ ਅੱਤ ਦੇ ਸ਼ਿਕਾਰੀ ਮਾਰਾ ਸਿਆਂਗੇ ਉੱਠੇ ਜਿੰਨੇ ਉੱਠੇ ਸਾਡੇ ਨਾਲ ਰਹਿ ਕੇ ਉੱਠੇ ਆ ਕਿ ਜਿਹੜਾ ਰੱਖੀ ਅਸੀਂ ਅੱਜ ਪੂਰੀ ਦਿਲੋਂ ਰੱਖੀ ਆ ਕਹਿੰਦਾ ਮਾਰ ਮਾਰ ਪਾਲਚਾ ਸਹਾਰੇ ਨਹੀਂ ਲਏ ਅਸੀਂ ਘਾਟੇ ਇੰਨੇ ਖਾਧੇ ਦਾ ਵੀ ਘਾਟ ਕੋਈ ਨਾ ਅੱਜ ਠੱਗੀ ਸਾਡੇ ਨਾਲ ਲਾਗੇ ਜੋ ਚੱਪਾਰੇ ਨਹੀਂ ਪਏ ਅਸੀਂ ਘਾਟੇ ਇੰਨੇ ਖਾਧੇ ਦਾ ਵੀ ਘਾਟ ਕੋਈ ਨਾ ਅੱਜ ਠੱਗੀ ਸਾਡੇ ਨਾਲ ਲਾਗੇ ਜੋ ਚੱਪਾਰੇ ਨਹੀਂ ਪਏ ਟੋਲੀ ਵੀਰੇ ਭਾਈ ਦਰਸ਼ਕੋ ਨੋਟ ਕਰੋ ਇੱਕ ਵਾਰ ਫਿਰ ਤੋਂ ਆਉਣ ਵਾਲੀ 30 ਜੂਨ ਪਕਵਾਨਾ ਚੱਕ ਦੀ ਧਰਤੀ ਦਾ ਕੁਸ਼ਤੀ ਨੰਗਲ ਹੈ ਜਿੱਥੇ ਪਿਓਰ ਤੋਂ ਪਿਓਰ ਸੱਦਾ ਪੱਤਰ ਪਹਿਲਵਾਨ ਪੁੱਜਣਗੇ ਬਾਕੀ ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਰਹਿ ਨੌਜਵਾਨਾਂ ਦਰਮਿਆਨ ਉਹ ਬੱਲੇ 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 ਨਹੀਂ ਉਹ ਰਿਸਾ ਦਾ ਯੁੱਧ ਜਿਹੜਾ ਮੈਦਾਨ ਦੇ ਵਿੱਚ ਚੱਲਦਾ ਹੈ ਰਹਿ ਨੌਜਵਾਨਾਂ ਦਰਮਿਆਨ ਕਹਿੰਦਾ ਅੱਗ ਵਿੱਚ ਜ਼ੋਰ ਬੜਾ ਸਭ ਸਭ ਰੱਖਿਆ ਅਸੀਂ ਪਾੜਿਆਂ ਕਮਾਦੇ ਵਾਲੇ ਕਦੇ ਨਹੀਂ ਉਹ ਤੱਕਿਆ ਕਿ ਮਿਹਨਤਾਂ ਦਾ ਯਾਰੋ ਸਾਨੂੰ ਨਸ਼ਾ ਚੜਿਆ ਆਏ ਕਰ ਦਈਏ ਪਾਸੇ ਆਏ ਜਿਹੜਾ ਵੀ ਅੜਿਆ ਕਿ ਕਰ ਦਈਏ ਪਾਸੇ ਆਏ ਜਿਹੜਾ ਵੀ ਅੜਿਆ ਸ਼ਾਬਾਸ਼ ਸ਼ਾਬਾਸ਼ ਪਹਿਲਵਾਨੋ ਲਾਓ ਦਾਵੇ ਚ ਕਰੋ ਕੁਸ਼ਤੀ ਦਾ ਫੈਸਲਾ ਕਹਿੰਦਾ ਅਮਰਾ ਦੀ ਕਰ ਤੱਕ ਗੁਜਰੀ ਤੱਕ ਤੱਕ ਸੀਨਾ ਦਰ ਕੇ ਆਏ ਨਾਲ ਪਾਸਦੇ ਹਿੱਕਾ ਗੁੱਦੀਆਂ ਖੜਦੇ ਨੇ ਅੜੇ ਅੜਕੇ ਸਾਰ ਰੋ ਕੇ ਲੋਕੀ ਵੇਖਦੇ ਸੁਖੀਆਂ ਦਿਲਾਂ ਨੂੰ ਫੜ ਕੇ ਕਹਿੰਦਾ ਯੋਰਾ ਵਾਲੇ ਯੋਰ ਪਰਖਦੇ ਵਿੱਚ ਮੈਦਾਨੀ ਖੜਕੇ ਕਿ ਯੋਰਾ ਵਾਲੇ ਯੋਰ ਪਰਖਦੇ ਵਿੱਚ ਮੈਦਾਨੀ ਖੜਕੇ ਵਾਕਿਆ ਅੱਜ ਯੋਰ ਪਰਖੇ ਜਾ ਰਿਹਾ ਹੈ ਯਾਨ ਪਰਖੀ ਜਾ ਰਹੀ ਹੈ ਸਿਰ ਕਾਲੀ ਬੜੀ ਦੀ ਧਰਤੀ ਦੇ ਵੇਖਦੇ ਹਾਂ ਵੀ ਕਿਹੜਾ ਪਹਿਲਵਾਨ ਜਿੱਤਦਾ ਹੈ ਕਿਹੜਾ ਹਰਦਾ ਹੈ ਆਏ ਪਾਤਾ ਸਮਝਦੀਆਂ ਹੈ ਕਿ ਖੱਚਰਾਂ ਦੇ ਲੱਗਦੇ ਨਹੀਂ ਸੱਤੇ ਮਿੱਤਰੋ ਆਏ ਘੋੜਿਆਂ ਦੇ ਦੌਲਤਾਂ ਲੁਟਾਈਆਂ ਜਾਂਦੀਆਂ ਕਿ ਮਾਨ ਨਹੀਂ ਕਰੀਦਾ ਬੰਨੇ ਬੁੱਢੇ ਹੋਣ ਦਾ ਆਏ ਪੀਕਾਂ ਨਹੀਂ ਖਜੂਰਾਂ ਉੱਤੇ ਪਾਈਆਂ ਜਾਂਦੀਆਂ ਕਿ ਜ਼ਿੰਦਗੀ ਦੇ ਵਿੱਚ ਬੜੇ ਖਾਦੇ ਧੋਖੇ ਮਿੱਤਰੋ ਆਏ ਸੱਕਿਆ ਪਰਾਵਾ ਬਾਗੂ ਐਤਬਾਰ
ਸਤਿਕਾਰ ਕਰਕੇ ਇਹ ਜਿੰਨੇ ਰਹਿ ਗਏ ਥੋੜੇ ਟੋਪੀ ਵਾਲੇ ਕਿਲੜੇ ਹੁਣ ਦੱਲੇ ਬੰਦੇ ਜ਼ਿੰਦਗੀ ਚੋਂ ਬਾਹਰ ਕਰਤੇ ਹਾਏ ਹੁਣ ਦੱਲੇ ਬੰਦੇ ਜ਼ਿੰਦਗੀ ਚੋਂ ਬਾਹਰ ਕਰਤੇ ਸ਼ਾਬਾਸ਼ ਸ਼ਾਬਾਸ਼ ਟੋਲੀ ਵੀਰੇ ਭਾਈ ਦਰਸ਼ਕੋ ਜੇ ਤੁਹਾਨੂੰ ਕੁਸ਼ਤੀ ਦਾ ਸਵਾਦ ਆ ਰਿਹਾ ਇੱਕ ਵਾਰ ਦੋਨੋਂ ਮੱਲਾਂ ਦੇ ਲਈ ਤਾੜੀਆਂ ਲਾਓ ਸਾਰੇ ਜਣੇ ਜੋੜਦਾ ਰਹੇ ਕਹਿੰਦੇ ਜੇ ਇੱਕ ਪਾਸੇ ਲੱਲੂ ਯਮੂ ਵਾਲਾ ਨਾਨ ਗਿਆਰਾਂ ਦਾ ਟਿਕਰਾ ਵੀ ਫੋੜ 3600 ਤੋਂ ਘੱਟ ਨਹੀਂ ਹੈਗਾ ਵਾਕੇ ਵਾਹ ਵੀ ਵਾਹ ਨਹੀਂ ਉਹ ਰਿਸਾ ਲਓ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਉਹਨਾਂ ਨੌਜਵਾਨਾਂ ਕਿਵੇਂ ਨੇ ਕਹਿੰਦਾ ਅੰਬਰਾਂ ਦੇ ਨਾਲ ਹੀ ਅਸੀਂ ਖੇਡਣਾ ਜਾਂਦੇ ਇਹ ਰੱਬ ਦੀ ਰਜਾ ਦੇ ਵਿੱਚ ਰਹਿਣਾ ਜਾਂਦੇ ਕਿ ਮਿਹਨਤਾਂ ਦਾ ਯਾਰੋ ਸਾਨੂੰ ਚੜ੍ਹਿਆ ਸਰੂਰ ਹੈ ਇਹ ਤਾਈਓ ਅੱਜ ਚਾਰੇ ਪਾਸੇ ਇਹ ਮੱਲ ਮਸ਼ਹੂਰ ਹੈ ਕਿ ਤਾਈਓ ਅੱਜ ਚਾਰੇ ਪਾਸੇ ਮੱਲ ਮਸ਼ਹੂਰ ਹੈ ਚਿਰਾਗ ਪਿਆਰ ਨਾਲ ਕੁਸ਼ਤੀ ਫੁੱਲ ਹੱਥ ਨਹੀਂ ਮਾਰਨਾ ਪਹਿਲਵਾਨ ਜੀ ਦਾ ਪੇਜ ਨਾਲ ਕੁਸ਼ਤੀ ਲੜੋ ਸ਼ਾਬਾਸ਼ ਸ਼ਾਬਾਸ਼ ਲੋ ਜਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ ਕਹਿੰਦਾ ਪੱਥਰਾਂ ਦੇ ਨਾਲ ਇੱਥੇ ਮੱਥਾ ਲਾਉਣਾ ਪੈਂਦਾ ਹੈ ਲੋਕਰਾਜ ਸ਼ਰਮਾ ਬੱਲੇ ਬਾਗ ਵਾਲਾ ਵਾਕਿਆ ਅੱਜ ਦੇ ਕੁਸ਼ਤੀ ਦੰਗਲ ਦਾ ਲਾਈਵ ਨਜ਼ਾਰਾ ਤੱਕਦਾ ਬਹੁਤ ਬਹੁਤ ਧੰਨਵਾਦ ਬੱਲੇ ਬਾਗ ਦੀ ਧਰਤੀ ਤੇ ਵੀ 3 ਅਕਤੂਬਰ ਜਿਹੜਾ ਕੁਸ਼ਤੀ ਦੰਗਲ ਹੋਏਗਾ ਅਦਰ ਲੱਲੂ ਤੇ ਚਿਰਾਗ ਦਾ ਮੁਕਾਬਲਾ ਚੱਲਦਾ ਹੈ ਕਹਿੰਦਾ ਜੇ ਨਵਾਣੀ ਨਹੀਂ ਉਹ ਦੀ ਨਾ ਲਾਇਓ ਕਿਸੇ ਨਾਲ ਯਾਰੀ ਅੱਜ ਤੈਨੂੰ ਚੰਡੇ ਹੀ ਕਮੈ ਆਉਂਦੇ ਨੇ ਅੱਜ ਚੇਲਾ ਖੁਰਪਾ ਅਤੇ ਖਡਾਰੀ ਅੱਜ ਤੈਨੂੰ ਚੰਡੇ ਹੀ ਕਮੈ ਆਉਂਦੇ ਨੇ ਅੱਜ ਚੇਲਾ ਖੁਰਪਾ ਅਤੇ ਖਡਾਰੀ ਬੱਲੇ 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 ਵਿੱਚ 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 ਲੱਲੂ ਹਾਂ ਇੱਧੇ ਲੱਲੂ ਅੰਦਰਲੀ ਸਾਈਡ ਫੜ ਲਈ ਲੱਲੂ ਲਓ ਦੁਬਾਰਾ ਜਿਹੜੀ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਨੌਜਵਾਨਾਂ ਦਰਮਿਆਨ
ਅਦਰ ਹਰੀ ਸ਼ਰਮਾ ਦੰਗਲ ਕਮੇਟੀ ਸਮਾਹ ਪ੍ਰਧਾਨ ਸਾਹਿਬ 500 ਰੁਪਏ ਦੇ ਵੱਡੇ ਮਾਨਸ ਮਾਨੇ ਨਾਲ ਬੋਲਣ ਦੇ ਲਈ ਪੁੱਜਦੇ ਕਰਦੇ ਹੈ, ਬਹੁਤ ਬਹੁਤ ਧੰਨਵਾਦ ਹੈ। ਅਦਰ ਲੱਲੂ ਪਹਿਲਾਂ ਜਿਹੜਾ ਉੱਪਰਲੇ ਪਾਸੇ ਤਰਿਆ ਤੋੜ ਤੇ ਗੋਡਾ ਪਾਇ ਲੰਗੋਟੀ ਹੱਥ, ਪਰ ਹੇਠਲੇ ਪਾਸੇ ਅੱਜ ਰਾਜਾ ਦਿੱਲੀ ਵਾਲਾ ਕਹਿੰਦਾ ਦੁਨੀਆ ਮਤਲਬ ਖੋਰਾ ਦੀ, ਬਾਹਰੋਂ ਕੁਛ ਹੋਰ ਤੇ ਅੰਦਰੋਂ ਕੁਛ ਹੋਰਾਂ ਦੀ। ਬਠਿੰਡੇ ਵਾਲੇ ਇੱਥੇ ਹੀ ਯਾਰ ਬਣਾ ਕੇ ਕਈ ਸੱਪਾਂ ਵਾਂਗੂ ਦਸਤੂ ਦੱਗਦੇ ਨੇ, ਕਹਿੰਦਾ ਪਿੱਠ ਪਿੱਛੇ ਕਰਨ ਬਦਨਾਮੀਆਂ, ਆਏ ਮੋਦੇ ਖਹਿਰਾ ਮੰਗਦੇ ਨੇ ਕਿ ਪਿੱਠ ਪਿੱਛੇ ਕਰਨ ਬਦਨਾਮੀਆਂ, ਮੋਦੇ ਖਹਿਰਾ ਮੰਗਦੇ ਨੇ। ਆਦਰ ਲੱਲੂ ਨੇ ਤੌੜ ਤੇ ਗੋਡਾ ਤਰਿਆ ਹੋਇਆ, ਪਰ ਹੇਠਲੇ ਪਾਸੇ ਆਚਰ ਆ ਗਿਆ ਦਿੱਲੀ ਵਾਲਾ, ਇਧਰੋਂ ਬਾਹਰੋਂ ਕਿਸਾਨ ਵੀ ਪੂਰਾ ਜ਼ੋਰ ਲਾਈ ਜਾਂਦਾ, ਕਹਿੰਦਾ ਚੱਲ ਲੱਲੂ ਚੱਲ ਲਾਗੇ ਜੇ ਲੱਲੂ ਜੋ ਚੱਲਦੀ ਹੋਈ ਕੁਸ਼ਤੀ ਮੈਦਾਨ ਵਿੱਚ ਨੌਜਵਾਨ ਦਰਮਿਆਨ ਹੈ। ਆਹ ਉੱਪਰਲੇ ਪਾਸੇ ਲੱਲੂ ਹੈ, ਪਰ ਹੇਠਲੇ ਪਾਸੇ ਆਚਰ ਆ ਗਿਆ ਦਿੱਲੀ ਵਾਲਾ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਹੈ ਕਿ ਚੜ੍ਹਦੀ ਜਵਾਨੀ ਦਾ ਨਹੀਂ ਪਾਰ ਕਰੀਦਾ, ਔਰ ਸਭਾਂ ਦੀਆਂ ਸਿਰੀਆਂ ਦੀ ਪੈਰ ਕਰੀਦਾ, ਕਿ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ, ਕਿ ਸਾਡੇ ਬਾਰੇ ਦਿਲ ਵਿੱਚ ਰੱਖੇ ਨਾ ਭੁਲੇਖਾ, ਔਰ ਰੋਲ ਦਿੱਤੇ ਇੱਥੇ ਅਸੀਂ ਖਾਰੇ ਤੋਂ ਖਰੇ। ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਹੈ, ਕਹਿੰਦਾ ਹੱਕ ਬੇਗਾ ਦਾ ਖਾਣਾ ਕੋਈ ਚੰਗੀ ਗੱਲ ਨਹੀਂ, ਬਾਜੀ ਵਾ ਭੱਲੇ ਭੱਲੇ ਵਾਹ, ਹਲੇ ਕੁਛ ਨਹੀਂ ਹੋਇਆ, ਸ਼ਾਬਾਸ਼ ਸ਼ਾਬਾਸ਼, ਕਹਿੰਦਾ ਹੱਕ ਬੇਗਾ ਦਾ ਖਾਣਾ ਕੋਈ ਚੰਗੀ ਗੱਲ ਨਹੀਂ।
ਆਏ ਬੇਮਾਨੀ ਨੂੰ ਕਰਦੇ ਰੋਕਣਾ ਕੋਈ ਮੰਦੀ ਗੱਲ ਹੀ ਕਿ ਫੋਕੀ ਚੌਧਰ ਕਰਨਾ ਕੰਮ ਫੁਕਰੇ ਬੰਦੇ ਦਾ ਦੰਗਲ ਕਮੇਟੀਆਂ ਹੁਣ ਸਾਰੀਆਂ ਆਖਦੀਆਂ ਹੁਣ ਜਿੰਨੇ ਵੀ ਬਾਹਰ ਤੋਂ ਮੱਲ ਆਣਗੇ ਸਾਰਿਆਂ ਦੀ ਕੁਸ਼ਤੀ ਹੁਣ ਲੱਲੂ ਨਾਲ ਕਰਾਈ ਜਾਣੀ ਹੈ। ਇੱਕ ਨੰਬਰ ਦੀ ਕੁਸ਼ਤੀ ਹੁਣ ਲੱਲੂ ਨਾਲ ਹੋਣੀ ਹੈ, ਇਹ ਧਿਆਨ ਦਿਓ ਸਾਰੇ। ਜੇ ਚੱਕ ਭਗਵਾਨਾਂ ਦੀ ਧਰਤੀ ਤੇ ਹਿੰਦੁਸਤਾਨ ਦੇ ਵੱਡੇ ਵੱਲ ਪੁੱਜ ਰਿਹਾ ਤੇ ਕੁਸ਼ਤੀ ਵੀ ਇੱਕ ਵੱਡੀ ਹੋਣੀ ਹੈ। ਲੱਲੂ ਪਹਿਲਵਾਨ ਜੰਮੂ ਦੇ ਨਾਲ ਗੁਲੇਗਾ ਬਈ ਦਨੇਸ਼ ਗੋਲੀਆ ਚੱਜਰ, ਬਾਕੀ ਪਹਿਲੀ ਕੁਸ਼ਤੀ ਹੋਣੀ ਹੈ ਜੰਮੂ ਦੀ ਧਰਤੀ, ਜੰਮੂ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪਹਿਲੀ ਕੁਸ਼ਤੀ ਹੋਣੀ ਹੈ ਇਹਨਾਂ ਨੌਜਵਾਨਾਂ ਦੀ। ਵਾਜੀ ਨਿਕਲ ਕੇ ਸਾਹਮਣੇ ਆਇਆ ਚਿਰਾਗ ਦਿੱਲੀ, ਸ਼ਾਬਾਸ਼ ਸ਼ਾਬਾਸ਼। ਕਹਿੰਦਾ ਡਾਮਾਡੋਲ ਰਹਿੰਦੀਆਂ ਕਬੀਲਦਾਰੀਆਂ, ਅਸੀਂ ਘਰ ਵਿੱਚ ਬੰਦੇ ਸੂਝਵਾਨ ਤੋਂ ਬਿਨਾ ਅਸੀਂ ਕਦੇ ਨਾ ਉਹ ਚੱਲਣ ਹੱਟੀਆਂ, ਮਿੱਠੀ ਅਤੇ ਸੱਚੀ ਜੀ ਜਵਾਨ ਤੋਂ ਬਿਨਾ ਇੱਧਰ ਆਦੇ ਵੱਡੇ ਜਿੱਥੇ ਪੈਸਾ ਮਿਲਦਾ ਅਸੀਂ ਨੇੜੇ ਵੀ ਨਾ ਜਾਈਏ ਇਸੇ ਕੰਮ ਧੰਦੇ ਦੇ, ਅਸੀਂ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰ ਜੇ ਫਿਰ ਫਟੇ ਮੋ ਇਹੋ ਜੇ ਚੱਲਣ ਬੰਦੇ ਦੇ। ਲੱਲੂ ਬੈਲਵਾਨ ਜੀ ਆਪਾਂ ਉਧਰ ਵਿੱਕੀ ਜੀ ਟੋਕੇ ਵਾਲੇ ਪਾਸੇ